ਔਰ ਟਰੈਕਟਰ ਕੋਟਪੂਰਾ ਆਪਣੇ ਨੰਬਰ ਆ ਗਏ ਬਾਈ ਜੀ ਤੁਸੀਂ ਦੇਖੋ ਅਤੇ ਜਿਹੜਾ 735-44 ਦੇ ਸਟਿੱਕਰਾਂ ਵਾਲਾ ਐਸਟੀ ਲੱਗੇ ਆ ਇਹਦੇ 735 17 ਸਪੋਰਟ ਕਰਿਆ ਸੀ ਆਪਾਂ ਅਤੇ ਰਿਮ ਵਾਲਾ ਤੁਸੀਂ ਦੇਖੀਏ ਗਾ ਵੀਡੀਓ ਕਈ ਵੀ ਇਹਦੇ ਹੁਣ ਆਪਾਂ ਦੇਗੀ ਚੁੱਲ੍ਹਾ ਲੱਗ ਗਿਆ ਵੇਟ ਲੱਗ ਗਿਆ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਦੇ ਰੰਗ ਹੋਣ ਵਾਲੇ ਆ ਨੀਲਾ ਰੰਗ ਕਰਾਂਗੇ ਕਮੈਂਟਾਂ 'ਚ ਦੱਸੋ ਵੀ ਨੀਲਾ ਕਰਕੇ ਕਾਲਾ ਵੀ ਨਾ ਵੇਟਾਂ ਨਾਲ ਰੰਗ ਕਰਕੇ ਅਤੇ ਵੇਖੋ 8 ਵੇਟ ਲਾ ਤੇ ਮੂਹਰੇ ਆਪਾਂ ਇਹਦੇ ਦੇਗੀ ਚੁੱਲ੍ਹਾ ਲਾ ਕੇ ਆਹ ਦੇਖੋ ਕਮੈਂਟ 'ਤੇ ਸ਼ੇਅਰ ਦੱਬ ਕੇ ਕਰਨਾ ਕਿੰਨਾ ਸੋਹਣਾ ਲੱਗਦਾ ਅਤੇ ਦੇਗੀ ਚੁੱਲ੍ਹਾ ਲਾ ਤਾ ਇਹਦਾ ਪਹਿਲਾਂ ਇਹਨਾਂ ਨੇ ਬਾਈ ਹਲਕੇ ਨੇ ਦੂਜਾ ਲਾਇਆ ਸੀ ਚੁੱਲ੍ਹਾ ਕਿਤੇ ਹੋਰ ਕਰਾਇਆ ਸੀ ਉਹ ਸਾਰੀਆਂ ਪੇਪਰ ਹੀ ਨਾਲ ਪਾ ਦੀਆਂ ਹਾਂ ਆਹ ਦੋ ਰਹੀ ਨੇ ਪਾ ਦਾਂਗੇ ਆਪਾਂ ਸਾਰਾ ਦਾ ਜਿੰਨਾ ਵੀ ਕੰਮ ਸੀ ਨਿੱਕਾ ਮੋਟਾ ਹੋਰ ਕਰਨ ਵਾਲਾ ਉਹ ਕਰਤਾ ਅਤੇ ਸ਼ੋਅ ਸ਼ੂ ਫਿੱਟ ਕਰਤੀ ਉੱਤੇ ਇਹ 735 ਹੈ 44 ਹੁੰਦਾ ਉਹਦੇ ਨੜਿਨਵੇਂ ਮਾਡਲ ਆ ਇਹ ਅਤੇ 40 ਦੇ ਸਟਿੱਕਰ ਲੱਗੇ 44 ਦੇ ਉੱਤੇ ਅਤੇ ਪੀਲੇ ਰਿਮ ਵਾਲਾ ਇਹ ਯੂਟਿਊਬ 'ਤੇ ਨਾ ਬਾਈ ਹੋਰਾਂ ਚੈਨਲ ਉਹ 'ਤੇ ਵੇਖਿਆ ਹੋਣੀ ਲੱਗਿਆ ਵੀਡੀਓ ਅਤੇ ਇਹ ਲੰਮਾ ਵੇਟ ਲੱਗਿਆ ਸੀ ਚੁੱਲ੍ਹਾ ਉਹ ਲੱਗਿਆ ਸੀ ਅਤੇ ਸਾਰੀਆਂ ਨਾਲ ਲਾਏ ਆ ਵੇਟ ਹੋਰ ਆ ਜੀ ਇਹ 27-28 ਕਿਲੋ ਦਾ ਹੁੰਦਾ ਹੁਣ 30 ਕਿਲੋ ਲਿਖਿਆ ਅਤੇ 27-28 ਕਿਲੋ ਦਾ ਹੁੰਦਾ ਇਹ ਅਤੇ ਦੇਖ ਲਓ ਕਿੰਨਾ ਵਜਨ ਬਣ ਗਿਆ 8 ਦਾ ਅਤੇ ਵੇਟ ਲਾ ਤਾ ਹੈਪੀ ਸੀਡਰ 'ਤੇ ਲੱਗਣਾ ਟਰੈਕਟਰ ਨੇ 2 ਸਪੀਡ ਦੇ ਵਿੱਚ 3 ਸਪੀਡ ਨਹੀਂ ਗਿਆ 2 ਸਪੀਡ ਹੀ ਆ ਇਹ ਯਾਨੀ ਕਿ ਹੈਪੀ ਸੀਡਰ 'ਤੇ ਚੱਲੂਗਾ ਬਾਕੀ ਤੁਹਾਨੂੰ ਵੀਡੀਓ ਪਾਵਾਂਗੇ ਕਿਵੇਂ ਚੱਲਦਾ ਅਤੇ ਕਮੈਂਟ 'ਤੇ ਸ਼ੇਅਰ ਦੱਬ ਕੇ ਕਰਦਾ ਕਰੋ ਆਹ ਇਹਦਾ ਬੰਪਰ ਆ ਮੂਹਰਲਾ ਵੱਡਾ ਲੱਗਿਆ ਸੀਗਾ ਪਹਿਲਾਂ ਅਤੇ ਆਹ ਜਿਹੜਾ 735 ਆ ਇਹ ਸਾਰਾ ਹਾਲੇ ਖੁੱਲ੍ਹਿਆ ਪਿਆ ਇੱਥੇ ਆ ਜਾਣਾ ਕੱਲ੍ਹ ਨੂੰ ਸਮਾਨ ਹੰਢੀ ਗਈ ਕੰਮ 'ਤੇ ਸਮਾਨ ਇਹਦਾ ਆ ਗਿਆ ਸਾਰਾ ਪਟਿਆਲੇ ਤੋਂ ਟੂਪਾਂ ਪਈਆਂ ਨੇ ਪੁਰਾਣੀਆਂ ਨਵੀਆਂ ਟੂਪਾਂ 'ਤੇ ਕਰਾਰੇ ਆਹ ਪਏ ਆ ਠੀਕ ਆ ਲੈਫਟ ਵੀ ਉੱਥੇ ਗਈ ਵੀ ਲੱਗਣਾ ਉੱਥੇ ਚੱਕਦੇ ਬਾਈ ਸਮਾਨ ਚੱਕਦੇ ਇੱਥੋਂ ਆਹ ਸਾਰਾ ਸਮਾਨ ਇਹਦਾ ਖੁੱਲ੍ਹਿਆ ਪਿਆ ਆਹ ਦੂਜਾ ਟਰੈਕਟਰ ਕੰਮ ਕਰਾਉਗਾ ਸਾਰਾ ਕੋਲ ਕੱਢਾ ਵੀ ਨਵੀਂ ਕੰਮ 'ਤੇ ਹੋਣ ਵਾਸਤੇ ਗਿਆ ਵਿਆ ਬਾਕੀ ਆ ਰਿਮ ਆ ਗਏ ਇਹਦੇ ਸੂਆਂ ਵਾਲੇ ਰਿਮ ਆ ਦੇਗੀ ਚੁੱਲ੍ਹਾ ਵੀ ਆ ਗਿਆ ਇਹਦਾ ਹਾਂ ਦੇਗੀ ਚੁੱਲ੍ਹਾ ਟੈਂਕ ਟਾਪਾ ਸਾਰਾ ਕੁਛ ਆ ਗਿਆ ਟੈਂਕੀ ਟੂੰਕੀ ਸਾਰਾ ਤਰੀਬਲ ਨਾਲ ਸਾਰਾ ਸਮਾਨ ਆ ਗਿਆ ਹਿੱਸਾ ਵੀ ਆ ਗਿਆ ਤਾਂ ਉਰਲਾ ਪਾਵਰ ਸਟੇਅਰਿੰਗ ਵਾਲਾ ਉਹ ਵੀ ਆ ਟੈਂਕੀ ਵੱਡੀ ਲੱਗੂਗੀ ਅਤੇ ਸ਼ੋਅ ਇਹਦੇ ਇਸੇ ਨਾਲ ਦੀ ਲੱਗੂਗੀ ਮਾਡਲ ਹੈਗਾ 94 ਅਤੇ ਆਹ ਸਾਈਡ ਗੇਅਰ ਵੀ ਇਸੇ ਦਾ ਹੀ ਆ ਉਹ ਟਰੈਕਟਰ ਦਾ ਜਿਹੜਾ ਇੱਥੇ ਲੀਂਦਾ ਨੇ ਉਹਨੂੰ ਸਾਈਡ ਗੇਅਰ ਲਾਉਣਾ ਆਪਾਂ ਬਾਕੀ ਜਿਵੇਂ ਜਿਵੇਂ ਹੋਈ ਜਾਊਗੀ ਅਪਲੋਡ ਉਵੇਂ ਉਵੇਂ ਕਰਾਂਗੇ ਆਹ ਦੇਖੋ ਇਹਦਾ ਪੁਰਾਣਾ ਗੇਅਰ ਆ ਪਿਆ 725 ਦਾ ਇਹ ਨਵਾਂ ਗੇਅਰ ਲੱਗਣਾ ਲੈਫਟ ਵੀ ਨਵੀਂ ਛੋਟੀ ਵਾਲੀ ਲੱਗਣੀ ਹੈਪੀ ਸੀਡਰ ਚੱਕਣਾ ਵੀ ਬਾਕੀ ਸਾਰਾ ਸਮਾਨ ਉਹ ਪਿਆ ਗਰਾਰੇ ਗਰੂਰੇ ਇਹਦੇ ਨਵੇਂ ਪੈਣੇ ਉਹ ਗਰਾਰੇ ਗਰੂਰੇ ਸਾਰਾ ਵੱਡੇ ਐਕਸਲ ਪੈਣੇ ਆ ਦੇਖੋ ਰੌਣਕੀਆਂ ਨਾਲ ਕੱਢਿਆ ਪਿਆ ਇਹ ਨਵਾਂ ਪੈਣਾ ਵੱਡਾ ਸਾਰਾ ਕੁਝ ਪੂਰਾ ਰਾਹ ਮਰਗਾੜ ਇਹਨਾਂ ਨੇ ਬਾਈ ਅਰਗਿਆਂ ਨੇ ਸਭ 14 ਵਾਲੇ ਲਾਉਣੇ ਆ 14 ਵਾਲੇ ਰੀਹ ਨਾਲ ਮਰਗਾੜ ਲਿਆਉਂਦੇ ਆਪਾਂ ਆਹ ਇਹਦੇ ਪੁਰਾਣੇ ਮਰਗਾੜ ਪਏ ਆ ਟਾਇਰ ਪਏ 12 ਦੇ ਆਹ ਦੇਖੋ 12 ਦੇ ਟਾਇਰ ਆ 13 ਦੇ ਆ ਪਾਏ ਸੀ ਬਾਈ ਉਹਨਾਂ ਮਰਗਾੜ ਪਏ ਇਹਦੇ ਦੇਖੋ ਆਹ ਸ਼ੋ ਇਹਦੀ ਪੁਰਾਣੀ ਪਈ ਆ ਸਾਰਾ ਸਿਸਟਮ ਆ ਖੋਲ੍ਹਿਆ ਪਿਆ ਇਹਦਾ ਸਿੱਟਿਆ ਪਿਆ ਸਾਰਾ ਹੁਣ ਉਹ ਪੰਪ ਪੰਪ ਜੋ ਵੀ ਸਾਰਾ ਸਿਸਟਮ ਇੱਥੇ ਸਿੱਟਿਆ ਪਿਆ ਇਹਦਾ ਕੋਈ ਨਹੀਂ ਕਿਉਂਕਿ ਸ਼ੋ ਕਈ ਤਰ੍ਹਾਂ ਕਾਰ ਦੇ ਅਗਲੇ ਪਾਸੇ ਸਿਸਟਮ ਦੇਖਦੇ ਹਾਂ ਕਿਵੇਂ ਚੱਲਦਾ ਆਪਣਾ ਪ੍ਰੋਗਰਾਮ ਮੈਂ ਸਾਰਾ ਸਮਾਨ ਚੱਕ ਕੇ ਇੱਥੇ ਹਾਂਡੀ ਗਈ ਕੰਮ 'ਤੇ ਕਰਾਉਣਾ ਦੇ ਪੈਡਲ ਪੁਡਲਾਂ ਦੇ ਨਵੇਂ ਪਾਉਣੇ ਅਤੇ ਉਹ ਲਾਉਣੇ ਬੁਸ਼ ਬੁਸ਼ ਰਾਣਾ ਰੋਣਾ ਦੇ ਸਾਰਾ ਸਿਸਟਮ ਕਰਦੇ ਹਾਂ ਫਿਰ ਆਪਾਂ ਤੁਹਾਨੂੰ ਕਮੈਂਟਾਂ 'ਚ ਸ਼ੇਅਰ ਤੁਸੀਂ ਦੱਸੇ ਦੱਬ ਕੇ ਕਰਦੇ
ਹੋ ਗਿਆ ਗਰਾਰੇ ਨਵੇਂ ਮੋਟੇ ਕਿੱਡੇ ਦੇਖੇ ਇੰਨਾ ਫਰਕ ਆ, ਇਹ ਗਰਾਰੇ ਇੱਡੇ ਮੋਟੇ ਆ, ਉਹ ਗਰਾਰੇ ਕਿੰਨੇ ਬਰੀਕ ਆ, ਗਰਾਰੇ ਵੀ ਐਡੀ ਪਾਵਰ ਵਧਾ ਦਿੱਤੀ, ਜਾ ਦੇਖੋ ਕਿੰਨੇ ਬਰੀਕ ਆ ਡਰਾਈਵਰ ਦੇ, ਠੀਕ ਆ, ਉਹ ਮੋਟੇ ਗੰਦਿਆਂ ਵਾਲੇ ਆ ਅਤੇ ਮੋਟੇ ਆ, ਤਾਂ ਹੀ ਮੈਂ ਫਿਰ ਉਹ ਜਿਹਾ ਸਮਾਨ ਵੀ ਉਹ ਜਿਹਾ ਹੀ ਪਾਈਦਾ ਜਿਹੜਾ ਵੀ ਲੋਡ ਚੱਕੇ 17 ਸਪਾਵਰ ਕਰਨਾ ਇਹਨੂੰ ਆਪਾਂ, ਇਹ 35 ਆ 94 ਮਾਡਲ ਸਾਈਡ ਗੇਅਰ ਦੇ ਵਿੱਚ ਸਾਰਾ ਖੁੱਲਿਆ ਪਿਆ ਟਰੈਕਟਰ, ਤਾਂ ਤੁਹਾਨੂੰ ਦਿਸਦਾ ਹੀ ਨਹੀਂ ਹੋਣਾ ਇੱਥੇ ਟਰੈਕਟਰ ਹੈਗਾ, ਜਿਵੇਂ ਹੁਣ ਕੱਲ੍ਹ ਨੂੰ ਕਰਾਂਗੇ ਫਿੱਟ ਫੁੱਟ, ਫਿਰ ਤੁਹਾਨੂੰ ਹੌਲੀ ਹੌਲੀ ਪਤਾ ਲੱਗਣ ਲੱਗ ਜੂ ਇੱਥੇ ਟਰੈਕਟਰ ਹੈਗਾ, ਇਹ ਆ ਗਿਆ ਗੇਟ ਆਪਣੇ, ਦੇਖੋ ਤੁਸੀਂ ਕਿਵੇਂ ਲੋਕ ਖੜ੍ਹੇ ਦੀ ਲੱਗਦੀ ਆ, 735 ਆ ਇਹ, ਅਤੇ ਦੇਖੋ ਵੇਟ ਲੱਗਦੇ 8 ਹੈਪੀ ਸ਼ੀਟਰ 'ਤੇ ਚੱਲਣਾ ਇਹਨੇ, ਕਮੈਂਟ ਅਤੇ ਸ਼ੇਅਰ ਦੱਬ ਕੇ ਕਰ ਦਿਆ ਕਰੋ ਆਪਾਂ ਨੂੰ, ਇਹ 44 ਦੇ ਸਟਿੱਕਰ ਲੱਗੇ ਵੀ ਆਹ ਮੋਟਰ ਟਰੈਕਟਰ ਦਾ ਨੰਬਰ ਆ, ਹੁਣ ਇੱਕ ਵੀਡੀਓ ਆਪਾਂ 4 ਸਿਲੰਡਰ ਆਪਾਂ ਟਰੈਕਟਰ, ਕੱਲ੍ਹ ਨੂੰ ਇਹਦੇ 16 ਦੇ ਟਾਇਰ ਪਾਏ ਵੇ, ਮਗਰ ਵੇਟ ਲਾਏ ਵੇ ਇਹਦੇ ਲੱਗੇ ਸੀ ਵੇਟ ਪਹਿਲਾਂ, ਮੋਰਲੇ 10 ਵਾਲੇ ਟਾਇਰ ਆ ਵੇ, ਦੇਗੀ ਚੁੱਲ੍ਹਾ ਲੱਗ ਗਿਆ ਇਹਨੂੰ ਆਪਣੇ ਕੋਲ, ਹੁਣ ਤਾਂ ਦੇਗੀ ਚੁੱਲ੍ਹਾ ਲੱਗਣਾ ਅਤੇ ਤਾਂ ਵੇਟ ਵੂਟ ਲੱਗਣਾ ਅਤੇ ਵੀ ਇੱਕ ਮਗਰੋਂ ਸੈਟਿੰਗ ਨਹੀਂ ਕਰਨੀ ਸੀ, ਬਾਕੀ ਸੈੱਟ ਆ ਸਾਰਾ ਇਹ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ, ਇਹਦੇ ਨਾਲ ਵੇਟ ਲਾ ਕੇ ਆਪਾਂ, ਅਤੇ ਕਮੈਂਟ ਅਤੇ ਸ਼ੇਅਰ ਦੱਬ ਕੇ ਕਰ ਦਿਓ ਮੋਟਰ ਟਰੈਕਟਰ ਕੋਟ ਪੂਰਾ, ਅਤੇ ਸ਼ੇਅਰ ਲਾ ਨਹੀਂ ਕਰਿਆ ਕਰੋ ਅਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ, ਮਾੜੇ ਚੰਗੇ ਜੋ ਵੀ ਕੋਈ ਕਮੀ ਦਿੰਦੀ ਜ਼ਰੂਰ ਕਰਿਆ ਕਰੋ, ਮੋਟਰ ਟਰੈਕਟਰ ਕੋਟ ਪੰਪ ਲੱਗ ਡਬਲ ਸਾਰਾ ਵੀ ਨਾਲ ਤੋਂ ਪਾਉਣਾ।